ਸਮੇਂ ਉੱਤੇ ਭਰੀ ਦਾ ਵੀ ਪਤਾ ਲੱਗ ਜੂ। ਰੋਮ ਹੀ ਬਥੇਰਾ ਮੋਢੇ ਉੱਤੇ ਟੰਗੀ ਦਾ, ਕੋਈ ਬੱਕਰੀ ਦੇ ਕੰਨਾਂ 'ਚ ਇਹ ਗੱਲ ਪਾ ਦਿਓ, ਉਹ ਪਾ ਕੇ ਝਾਂਜਰਾਂ ਨਹੀਂ ਕਦੇ ਸ਼ੇਰ ਕੋਲੋਂ ਲੰਘੀ ਦਾ। ਜੇ ਅੱਜ ਸਾਡੇ ਖੇਤਾਂ 'ਚ ਟਾਵਰ ਲੱਗੇ, ਲੋਹਾ ਲੱਗਿਆ ਨਾ, ਫੈਕਟਰੀਆਂ ਉੱਗੀਆਂ, ਇਹ ਸਾਡਾ ਕਸੂਰ ਹੈ। ਪਰ ਉਹਨੂੰ ਦੱਸ ਦਿਓ ਉਹ ਸਾਡੇ ਚਮਲਾਏ ਸਾਡੇ ਗਿੱਟਿਆਂ ਨੂੰ ਆਉਂਦੇ ਆ, ਫਾਂਸੀਆਂ ਸਾਡੇ ਹਿੱਸੇ ਆ ਗਈਆਂ, ਤੇ ਸਵਾਦ ਲੈਣ ਨੂੰ ਗੁਜਰਾਤੀ ਜੰਮ ਪਏ, ਫਿੱਟ ਲਾਂਤ ਹੈ। ਅਬਾਨੀ ਦੇ ਘਰ ਵਾਲੀ 3.5 ਲੱਖ ਦੇ ਕੱਪ ਚਾਹ ਪੀਂਦੀ ਹੈ, ਉਹ ਪੈਸਾ ਕਿਹਦਾ? ਉਹ ਸਾਡਾ ਪੈਸਾ ਹੈ। ਪਹਿਲਾਂ ਤਾਂ ਇਹ ਕਿ ਅਸੀਂ ਅਕਾਲੀ ਦਲ ਜਿੰਦਾਬਾਦ, ਕਾਂਗਰਸ ਜਿੰਦਾਬਾਦ, ਇਹਦਾ ਕੱਟ ਕੇ ਨਾ ਪਾ ਦੋ ਵੀ ਅਮਰੀਕ ਉਹਨਾਂ ਦੀ ਸਿਫਤ ਕਰੀ ਜਾਂਦਾ ਹੈ। ਮੇਰਾ ਭਰਾ ਇਹਦਾ ਐਂਡ ਵੀ ਸੁਣ ਲਿਓ ਨਾ। ਜਿੰਨੇ ਵੀ ਤੁਸੀਂ ਸਾਰੇ 26 ਤਰੀਕ ਨੂੰ ਮੋਦੀ ਦੇ ਭੋਗ ਤੇ ਜਾਣ ਲਈ ਤਿਆਰ ਹੋ, ਸਾਰੇ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਾਂ ਬਹੁਤ ਹੋਈਆਂ, ਲੱਖੇ ਵੀਰੇ ਨੇ ਬੜੀ ਡੂੰਘੀ ਗੱਲ ਕੀਤੀ ਵੀ ਜਿਹੜੀ ਪੰਜਾਬੀ ਮਾਂ ਬੋਲੀ ਹੈ, ਕਿਉਂਕਿ ਮੈਂ ਜ਼ਿਆਦਾ ਨਹੀਂ ਬੋਲਣਾ, ਏਡਾ ਵਧੀਆ ਬੁਲਾਰਾ ਨਹੀਂ ਹੈਗਾ, ਗਰਾਊਂਡਾਂ ਦੇ ਵਿੱਚ ਥੋੜ੍ਹਾ ਬਹੁਤ ਹੈ। ਇਹ ਤੁਹਾਡੇ ਬਣਾਏ, ਦੁਨੀਆ ਦੇਖ ਲਈ, ਸਾਰਾ ਯੂਰਪ, ਸਾਰਾ ਕੈਨੇਡਾ, ਸਾਰਾ ਇੰਗਲੈਂਡ, ਸਾਰਾ ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਤੁਹਾਡੇ ਕਰਕੇ ਮੈਂ ਘੁੰਮ ਆਇਆ, ਮੈਂ ਦੇਖ ਆਇਆ। ਮੇਰੀਆਂ ਤਾਂ ਯਬਲੀਆਂ, ਮੈਂ ਬਾਹਲਾ ਵੱਡਾ ਬੁਲਾਰਾ ਨਹੀਂ, ਮੇਰੇ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ, ਮੈਂ ਪਹਿਲਾਂ ਹੀ ਤੁਹਾਡੇ ਤੋਂ ਮਾਫ਼ੀ ਮੰਗ ਲੈਂਦਾ, ਕਿਉਂਕਿ ਆ ਪਿੱਛੇ ਜੇ ਕਿ ਮੈਂ ਲੀਡਰ ਬਾਰੇ ਥੋੜ੍ਹਾ ਜਿਹਾ ਪੁੱਠਾ ਸਿੱਧਾ ਬੋਲਤਾ, ਹੁਣ ਤੱਕ ਫੋਨ ਕਰਦਾ। ਗੱਲ ਪੱਕੀ ਹੈ, ਆਪਾਂ ਕਹਿੰਦੇ ਨਾ ਉਦੋਂ ਕੁੰਭਕਰਨ ਸੀਗਾ, ਉਹ ਤਾਂ ਇੰਨੀ ਬਦਨਾਮ ਹੈ, ਕੁੰਭਕਰਨ ਤਾਂ ਅੱਜ ਕੱਲ੍ਹ ਦੇ ਹੈ। ਵੋਟਾਂ ਅਸੀਂ ਪਾਉਣੇ ਆ, ਜਾ ਕੇ ਅਦਾਲਤ ਉੱਥੇ ਜਾ ਕੇ, ਉਹ ਕਿੱਥੇ ਜਾਂਦੇ? ਕੈਬਨਿਟ ਦੇ ਵਿੱਚ ਜਿੱਥੇ ਜਾਂਦੇ, ਵਿਧਾਨ ਸਭਾ ਦੇ ਵਿੱਚ ਜਾ ਕੇ ਘਰਾਣੇ ਛੱਡਣ ਲੱਗ ਜਾਂਦੇ ਆ। ਉਹ ਕਸੂਰ ਕਿਹਦਾ? ਉਹ ਕੁੰਭਕਰਨ ਉਹ ਸੀ ਕਿ ਅੱਜ ਕੱਲ੍ਹ ਦੇ ਕੁੰਭਕਰਨ ਹੈ, ਇਹ ਤੁਸੀਂ ਬਣਾਏ ਆ। ਇਹ ਕਸੂਰ ਕਿਹਦਾ? ਸਾਡਾ ਖੁਦ ਦਾ ਕਸੂਰ ਹੈ। ਅਸੀਂ 4 ਵਜੇ ਤੱਕ ਡੀਕੀ ਜਾਂਦੇ ਰਹਿੰਦੇ ਜਿੱਦੇ ਵੋਟਾਂ ਪੈਂਦੀਆਂ, 5 ਵਜੇ ਸਮਾਪਤੀ ਹੋਣੀ ਹੁੰਦੀ ਹੈ, 4 ਵਜੇ ਤੱਕ ਅਸੀਂ ਵੋਟ ਪਾਉਣ ਨਹੀਂ ਜਾਂਦੇ। ਕਿਉਂ ਨਹੀਂ ਜਾਂਦੇ? ਉੱਧਰ ਪਾਵਾਂਗੇ ਜਿੱਧਰ ਵੱਧ ਪੈਸੇ ਮਿਲਣਗੇ। ਕਸੂਰ ਕਿਹਦਾ? ਇਹ ਸਾਡਾ ਕਸੂਰ ਹੈ। ਕਈਆਂ ਨੂੰ ਬਹੁਤ ਕੌੜੀਆਂ ਲੱਗਣਗੀਆਂ, ਕਈ ਪਿੰਡਾਂ ਦੇ ਵਿੱਚ ਹੁੰਦੇ ਆ ਮੇਰੇ ਵਰਗੇ, ਪਿੰਡ 'ਚ ਨਾ ਚੱਕ ਕੇ ਇੱਕ ਅੱਧਾ ਬੰਦਾ ਆਉਂਦਾ, ਉਹਦੇ ਮਗਰ ਉਹਦੀ ਪੂਛਣਾ ਸੱਚ ਬੰਨ ਦਿੰਦੇ ਆ ਵੀ ਆਪੇ ਲੈ ਕੇ ਤੁਰਿਆ। ਫਿਰ ਪਿੰਡ 'ਚ ਜਦੋਂ ਸਮਾਗਮ ਹੁੰਦੇ, ਕੋਈ ਮੰਤਰੀ ਆਇਆ ਹੁੰਦਾ ਸਟੇਜ 'ਤੇ, ਉਹ ਨਾ ਹੌਲੀ ਕਿ ਦਿਨ ਸਟੇਜ 'ਤੇ ਚੜ੍ਹਦਾ ਮੇਰੇ ਵਰਗਾ, ਨਾਲ ਇੱਕ ਨੂੰ ਕਿਹਾ ਹੁੰਦਾ ਵੀ ਜਦੋਂ ਮੈਂ ਮੰਤਰੀ ਦੇ ਕੋਲੇ ਜਾ ਵੜਿਆ ਤੂੰ ਫਟਾਫਟ ਮੇਰੀ ਫੋਟੋ ਖਿੱਚ ਲਈ। ਉਹ ਮੰਤਰੀ ਦੇ ਕੰਨ 'ਚ ਜਾ ਕੇ ਨਾ ਮਾੜਾ ਜਿਹਾ ਕਹੋ, ਮੰਤਰੀ ਸਾਹਿਬ ਜੂਸ ਲੈ ਕੇ ਆਵਾਂ, ਮੰਤਰੀ ਦੇ ਕੰਨ 'ਚ ਜੂਸ ਲੈ ਕੇ ਆਵਾਂ। ਉਹ ਕਹੂਗਾ ਨਾ ਬੱਸ ਲੋੜ ਨਹੀਂ, ਚਾਹ ਮੰਗਾ ਲੈਂਦੇ ਘਰ ਨੇੜੇ ਹੀ ਆ। ਉਹ ਕਹੂਗਾ ਨਾ ਬੱਸ ਲੋੜ ਨਹੀਂ। ਤੜਕੇ ਨੂੰ ਫੋਟੋ ਖਿੱਚ ਕੇ ਉਹ ਲੰਡੂ ਬੰਦੇ ਨੇ ਫੇਸਬੁੱਕ 'ਤੇ ਪਾਈ ਹੁੰਦੀ ਹੈ, ਲਿਖਿਆ ਕੀ ਹੁੰਦਾ ਕਿ ਤੁਹਾਡਾ ਭਰਾ ਇਲਾਕੇ 'ਚ ਹੋਣ ਵਾਲੇ ਕੰਮਾਂ ਤੋਂ ਮੰਤਰੀ ਸਾਹਿਬ ਨੂੰ ਜਾਣੂ ਕਰਵਾਉਂਦਾ ਹੋਇਆ। ਆਪਾਂ ਕਹਿੰਦੇ ਉਹਦੀ ਬੜੀ ਚੜ੍ਹਾਈ ਹੈ। ਇਹ ਗੱਲ ਪੱਕੀ ਹੈ, ਪਿੰਡ ਪਿੰਡ ਹੀ ਹੈਗੇ ਆ। ਹੁਣ ਜਿਹੜੇ ਕੁਝ ਮੰਤਰੀ ਕੁਝ ਲੀਡਰ ਹੈ ਨਾ, ਉਹ ਕਹਿੰਦੇ ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਅਸੀਂ ਤੁੱਲੀ ਹਿਲਾ ਦਿਆਂਗੇ। ਜਦੋਂ ਇਹ ਮਤਾ ਪਾਸ ਹੋਇਆ ਉਦੋਂ ਮੰਤਰੀ ਉਦੋਂ ਲੀਡਰ ਕਿੱਥੇ ਸੀ? ਇਹ ਉੱਦਾਂ ਸੁੱਤੇ ਪਏ ਸੀ। ਖੁਰ ਖੁਰ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਤੁਹਾਨੂੰ ਪਤਾ ਮੈਂ ਨਾਂ ਨਹੀਂ ਲੈਂਦਾ ਕੌਣ ਸੀਗਾ, ਤੁਹਾਨੂੰ ਪਤਾ ਵਿੱਚ ਉਦੋਂ ਦੇ ਬੰਦੇ ਇੱਕ ਦੋ ਛੱਡੇ ਹੁੰਦੇ ਆ, ਜਦੋਂ ਲੋੜ ਸੀ ਉਦੋਂ ਤਾਂ ਬੋਲੇ ਨਾ, ਉਦੋਂ ਬੋਲਦੇ ਵੀ ਇਹ ਬਿੱਲ ਕਾਹਤੋਂ ਪਾਸ ਹੋਣ ਲੱਗੇ ਆ, ਉਦੋਂ ਤਾਂ ਘਰਾੜੇ ਤੇ ਘਰਾੜਾ ਠਾ ਘਰਾੜਾ। ਹੁਣ ਕਹਿੰਦੇ ਅਸੀਂ ਕਿਸਾਨੀ ਦੇ ਨਾਲ ਹੈ, ਅਸੀਂ ਫੱਟੇ ਚੱਕ ਦਿਆਂਗੇ, ਅਸੀਂ ਅੱਗ ਲਾ ਦਾਂਗੇ ਦਿੱਲੀ ਨੂੰ। ਸੱਪ ਨੰਗਿਆ ਮਗਰੋਂ ਲੀਕ ਕੁੱਟਣ ਦਾ ਕੋਈ ਫਾਇਦਾ ਨਹੀਂ, ਨਾਲੇ ਜਿਹੜਾ ਚੋਰੀ ਹੋਣ ਤੋਂ ਬਾਅਦ ਚ ਭੌਂਕੇ ਨਾ, ਉਹ ਕੁੱਤਾ ਨਹੀਂ ਕਤੀੜ ਹੁੰਦਾ। ਗੱਲ ਪੱਕੀ ਹੈ, ਕਿਸੇ ਦੇ ਸੀਨੇ ਲੱਗੇ ਜਿੱਥੇ ਮਰਜ਼ੀ ਲੱਗੇ, ਮੇਰੀਆਂ ਤਾਂ ਬਾਲਿਆਂ ਨੂੰ ਲੱਗਦੀਆਂ। ਕਈ ਕਹਿੰਦੇ ਆ ਸਾਨੂੰ ਪਤਾ ਇਹ ਕਿਹਦੇ ਸਿਰ ਤੇ ਬੋਲਦਾ। ਬੁੜਕਦਾ ਫਿਰਦਾ ਯਾਰ, ਜ਼ਮੀਨ ਨਹੀਂ, ਜ਼ਮੀਰ ਤਾਂ ਹੈਗੀ ਹੈ। ਜੇ ਕਿਸਾਨ ਮਰਿਆ ਨਾ, ਜਿਹੜੇ ਕਿਸਾਨ ਨੂੰ ਚੂੰਡਦੇ ਆ ਮੇਰੇ ਵਰਗੇ, ਮੇਰਾ ਘਰ ਕਿਸਾਨੀ ਤੋਂ ਚੱਲਦਾ, ਮੈਂ ਟੂਰਨਾਮੈਂਟਾਂ 'ਚ ਬੋਲਦਾ, ਟੂਰਨਾਮੈਂਟ ਤਾਂ ਹੁੰਦੇ ਆ ਜੇ ਕਿਸਾਨਾਂ ਦੇ ਖੇਤਾਂ 'ਚ ਫਸਲਾਂ ਆਉਂਦੀਆਂ। ਮੇਰੇ ਘਰੇ ਚੁੱਲ੍ਹੇ ਚੱਗ ਬਲਦੀ ਹੈ, ਤੇ ਚੁੱਲ੍ਹੇ ਦੇ ਉੱਤੇ ਤਵਾ ਟਿਕਦਾ, ਤਵੇ 'ਤੇ ਖਰੀਣ ਆਉਂਦਾ, ਰੋਟੀ ਪੱਕਦੀ ਹੈ, ਉਹ ਕਿਸਾਨ ਦੇ ਘਰੋਂ ਆਉਂਦੀ ਹੈ। ਤੇ ਸਾਡੇ ਵਰਗੇ ਕਹਿੰਦੇ ਸਾਡੇ ਕੋਲੇ ਕਿਹੜਾ ਜ਼ਮੀਨ ਹੈ, ਸਾਡੇ ਕੋਲੇ ਕਿਹੜਾ, ਸਾਨੂੰ ਕੀ ਲੋੜ ਹੈ, ਕੋਈ ਬਲਦ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਹੁਣ ਗੁੱਸਾ ਨਾ ਕਰਿਓ, ਜੇ ਝੋਟਾ ਮਰ ਗਿਆ ਨਾ, ਆ ਚਮ ਜੂਆਂ ਤੇ ਚਿੱਚੜ ਪਹਿਲਾਂ ਮਰਨੇ ਆ, ਜੇ ਝੋਟਾ ਮਰ ਗਿਆ ਜੂਆਂ ਨਾਲ ਹੀ ਮਰ ਜਾਣੀ ਹੈ। ਇਹ ਗੱਲਾਂ ਕੌੜੀਆਂ,
गल की सी लखे बई ने मां बोली पंजाबी दी गल भी रवि गल करके गया है ਇਹ ਸਾਨੂੰ ਸਾਡੇ ਆਪ ਹੀ ਆਪਣਾ ਅੰਗਰੇਜ਼ੀ ਬੋਲਣ ਦੇ ਬਾਰੇ ਪ੍ਰਭਾਵ ਪਾਉਣ ਦੇ ਬਾਰੇ ਲਾਈਕ ਜਿੱਦਾਂ ਵੈਰੀ ਸੌਰੀ ਸਤਿ ਸ੍ਰੀ ਅਕਾਲ ਦੀ ਸ਼ੀਸ਼ੀ ਕਾਲ ਹੀ ਰਹਿ ਗਈ ਗੋਤਾਂ ਦੀਆਂ ਪੋਨੀਆਂ ਬਣ ਗਈਆਂ ਵਾਲਾਂ ਨੂੰ ਜੈਲ ਲਾ ਕੇ ਆ ਖੋਤਾ ਕਟਿੰਗ ਬਣ ਗਈ ਮੈਂ ਲਾ ਕੇ ਨਹੀਂ ਕਹਿੰਦਾ ਗੱਲਾਂ ਸੱਚੀਆਂ ਆਖੇ ਜੀ ਇਹ ਧਰਮਿੰਦਰ ਦੇ ਪਹਿਲੇ ਸਹੁਰੇ ਕਿੱਥੇ ਆ ਇੱਕ ਮੈਨੂੰ ਕਹਿੰਦਾ ਬਨ ਭੋਰੇ ਆ ਤੇ ਮੈਂ ਕਿਹਾ ਮਾਤਾ ਭਾ ਕੌਰ ਕਿੱਥੇ ਜੰਮੀ ਪੱਲੀ ਆ ਉਹ ਨਹੀਂ ਸਾਨੂੰ ਪਤਾ ਆ ਕਾਲਜਾਂ ਦੇ ਮੁੰਡੇ ਕੁੜੀਆਂ ਗੱਲਾਂ ਕਰਦੇ ਆ ਅਗੇ ਰਾਂਝੇ ਦੇ ਕੰਨ ਪੜ ਵਾਲੇ ਹੀਰ ਦੇ ਲਈ ਤੂੰ ਕੀ ਕੀਤਾ ਮੇਰੇ ਲਈ ਮਾਂ ਦੀ ਇਹ ਧੀਏ ਤੈਨੂੰ ਇਹ ਤਾਂ ਪਤਾ ਰਾਂਝੇ ਦੇ ਕੰਨ ਪੜ ਵਾਲੇ ਪਰ ਤੈਨੂੰ ਇਹ ਨਹੀਂ ਪਤਾ ਸਾਡੇ ਗੁਰੂ ਨੇ ਸਾਡੇ ਲਈ ਆਰੇ ਥਲੇ ਖੜ ਕੇ ਸਰੀਰ ਪੜਵਾ ਲਿਆ ਸੀਗਾ ਅਖੇ ਸੱਸੀ ਥਲਾਂ 'ਚ ਸੜ ਕੇ ਮਰ ਗਈ ਇਹ ਤਾਂ ਪਤਾ ਹੈ ਤੇ ਯਾਰ ਸਾਡੇ ਗੁਰੂ ਦੇ ਸਿਰ 'ਚ ਤੱਤੀ ਰੇਤਾ ਪਈ ਗਈ ਸਾਨੂੰ ਇਹ ਨਹੀਂ ਪਤਾ ਮਹੀਵਾਲ ਸੋਹਣੀ ਨੂੰ ਪੱਟ ਦਾ ਮਾਸ ਚੀਰ ਕੇ ਖਵਾਉਂਦਾ ਰਿਹਾ ਸਾਨੂੰ ਇਹ ਤਾਂ ਪਤਾ ਹੈ ਸਾਨੂੰ ਇਹ ਨਹੀਂ ਪਤਾ ਵੀ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਉਹਦੇ 4 ਸਾਲ ਦੇ ਬੱਚੇ ਦਾ ਕੱਢ ਕੇ ਕਾਲਜਾ ਪਾਇਆ ਗਿਆ ਅਸੀਂ ਇਹ ਭੁੱਲ ਗਏ ਹੁਣ ਮੈਂ ਗੱਲ ਛੇਤੀ ਨਿਬੇੜਨ ਦਾ ਮਾਰਾਂ ਮੈਂ ਛੇਤੀ ਕਵਰ ਕਰ ਰਿਹਾ ਗੱਲ ਪਖੰਡੀ ਬਾਬਿਆਂ ਦੀ ਆਈ ਸੀ ਆ ਜਿਹੜੇ ਜੋਤਸ਼ੀ ਆ ਜਿਹੜੇ ਕਹਿ ਹੁੰਦੇ ਆ ਵੀ ਖੋਪਾ ਰੱਖਦੇ ਚੌਂਕ 'ਚ ਜਿਹੜੇ ਕਹਿੰਦੇ ਦਰਿਆ 'ਚ ਨਾਰੀਅਲ ਸਿੱਟਦੇ ਜੇ ਬਿੱਲੀ ਰਾਹ ਕੱਟ ਗਈ ਤੇ ਕੰਮ ਖਰਾਬ ਹੋ ਜੂ ਮੈਂ ਕਹਿੰਦਾ ਉਹ ਸਾਰੀਆਂ ਬਿੱਲੀਆਂ ਲਿਆ ਕੇ ਤੇ ਠੇਕਾ ਉਹਦੇ ਮੂਹਰੇ ਛੱਡ ਦਿਓ ਕੀ ਪਤਾ ਯਾਰ ਅਸੀਂ ਪੀਣੋ ਹੀ ਹਟ ਜਾਈਏ ਜਿਹੜੇ ਉਹ ਤੁਹਾਡੇ ਖੌਤੀ ਹੈ ਜਿਹੜੇ ਉਹ ਪੰਡਤ ਹੈ ਉਹ ਜੋਤਸ਼ੀ ਹੈ ਉਹਨਾਂ ਨੇ ਯਾਰ ਇਹ ਕਦੋਂ ਨਹੀਂ ਦੱਸਿਆ ਉਦੋਂ ਵੀ ਨੋਟਬੰਦੀ ਹੋਣ ਵਾਲੀ ਹੈ ਜਿਹੜਾ 8 ਨਵੰਬਰ ਨੂੰ ਸਿਆਪਾ ਪਿਆ ਸੀਗਾ ਹਜੇ ਕੱਲ੍ਹ ਪਰਸੋਂ ਆਪਾਂ ਸਾਰਾ ਦੇਖ ਕੇ ਹਟੇ ਹਾਂ ਉਹ 2016 ਦੀ ਗੱਲ ਹੋਣੀ ਮੈਨੂੰ ਲੱਗਦਾ ਉਹ ਜੋਤਸ਼ੀ ਨੇ ਕਦੋਂ ਨਹੀਂ ਦੱਸਿਆ ਉਹਨਾਂ ਨੇ ਕਦੋਂ ਨਹੀਂ ਦੱਸਿਆ ਵੀ ਇਹ ਬਿੱਲ ਪਾਸ ਹੋਣ ਵਾਲੇ ਆ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿਸੇ ਦੇ ਮਗਰ ਨਾ ਲੱਗਿਓ ਤੁਹਾਨੂੰ ਪਤਾ ਰੱਬ ਕੀ ਹੈ ਇੱਕ ਦੂਜੇ ਦੇ ਮਗਰ ਲੱਗ ਕੇ ਕਹਿੰਦਾ ਰੱਬ ਕੀ ਹੈ ਪਤਾ ਸਾਨੂੰ ਰੱਬ ਕੀ ਹੈ ਪਤਾ ਨਹੀਂ ਪਤਾ ਰੱਬ ਕੀ ਹੈ ਤੁਸੀਂ ਆਪ ਦੇਖੋ ਜੀ ਓ ਡੀ ਗੋਡ ਜੀ ਤੇ ਜਨਰੇਟਰ ਪੈਦਾ ਕਰਨ ਵਾਲਾ ਓ ਤੇ ਓਪਰੇਟਰ ਪਾਲਣ ਪੋਸ਼ਣ ਕਰਨ ਵਾਲਾ ਤੇ ਰਹਿ ਗਈ ਡੀ ਹੁਣ ਡੀ ਤੇ ਦੱਸ ਦੋ ਯਾਰ ਡਿਸਟਰਾਇਡ ਖਤਮ ਕਰਨ ਵਾਲਾ ਆ ਰੱਬ ਹੈ ਤੇ ਅਸੀਂ ਰੱਬ ਲੱਭ ਲਿਆ ਉੱਥੇ ਮੜੀਆਂ ਦੇ ਵਿੱਚ ਮੁਸੀਬਤਾਂ ਦੇ ਵਿੱਚ ਹੁਣ ਮੈਂ ਸਾਰੇ ਵੀਰਾਂ ਨੂੰ ਬਸ ਇਹੀ ਬੇਨਤੀ ਕਰਦਾ 26 ਤਰੀਕ ਹੈ ਨਾਲੇ ਮੋਦੀ ਨੂੰ ਦੱਸ ਦੇਣਾ ਚਾਹੁੰਦੇ ਹਾਂ ਵੀ ਇਹ ਕੱਲਾ ਕੱਲਾ ਪੜਾਕਾ ਚੱਲ ਰਿਹਾ ਪਿੰਡ ਪਿੰਡ ਪੜਾਕਿਆਂ ਵਾਲੇ ਝੋਲੇ 'ਚ ਅੱਗ ਲੱਗਣੀ ਆ 26 ਤਰੀਕ ਨੂੰ ਉਹਦੇ ਥਾੜ ਤਾੜ ਹੋਣੀ ਹੈ ਮੈਂ ਤਾਂ ਕਹਿੰਦਾ ਬਹੁਤ ਤੱਕ ਗਈ ਆ ਯਾਰ ਮੇਰੀਆਂ ਗੱਲਾਂ ਤੋਂ ਜਿੰਨਾ ਚਿਰ ਮੇਰੀਆਂ ਤਾਂ ਯਬਲੀਆਂ ਸਾਰੀ ਰਾਤ ਨਹੀਂ ਨਿਬੜ ਰਹੀਆਂ ਕਿਉਂਕਿ ਨਾ ਮੇਰੀਆਂ ਤਾਂ ਯਬਲੀਆਂ ਸਾਰੀ ਰਾਤ ਨਹੀਂ ਨਿਬੜੀਆਂ ਪਰ ਫਿਰ ਵੀ ਆਪਾਂ ਨਾ ਬੁਲਾਰਿਆਂ ਦੀ ਕਦਰ ਕਰਦੇ ਸਾਰੇ ਬੋਲਣ ਆਏ ਆ ਮੈਂ ਨਹੀਂ ਚਾਹੁੰਦਾ ਹਨਾ ਵੀ ਮਾਹੌਲ ਜਿਹੜਾ ਖਰਾਬ ਹੋਵੇ ਇਹ ਕਈਆਂ ਨੂੰ ਗਿੱਟੇ ਲੱਗੀ ਹੈ ਕਈਆਂ ਨੂੰ ਗੋਡੇ ਲੱਗੀ ਹੈ ਪਰ ਜਿਹੜੇ ਆ ਅੰਬਾਨੀ ਅਡਾਨੀਆਂ ਨੇ ਸਾਡੇ ਬਣਾਏ ਹੋਏ ਆ 2 ਮਿੰਟ ਲੈ ਲਾ ਬਸ ਜਿਹੜਾ RBI ਦਾ ਮੋਢੀ ਕੌਣ ਹੈ ਗੁਜਰਾਤੀ ਹੈ CBI ਦਾ ਮੋਢੀ ਕੌਣ ਹੈ ਗੁਜਰਾਤੀ ਹੈ ਲਲਿਤ ਮੋਦੀ ਭਗੌੜਾ ਕੌਣ ਹੈ ਗੁਜਰਾਤੀ ਹੈ ਨੀਰਵ ਮੋਦੀ ਕੌਣ ਹੈ ਗੁਜਰਾਤੀ ਹੈ ਵੱਡੇ ਠੇਕੇਦਾਰ ਕੌਣ ਹੈ ਗੁਜਰਾਤੀ ਹੈ ਤੇ ਫਿਰ ਕੀ ਯਾਰ ਭਗਤ ਸਿੰਘ ਕੌਣ ਹੈ ਪੰਜਾਬੀ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਕੌਣ ਹੈ ਪੰਜਾਬੀ ਹੈ ਸ਼ਹੀਦ ਊਧਮ ਸਿੰਘ ਕੌਣ ਹੈ ਪੰਜਾਬੀ ਹੈ ਜਲਿਆਂਵਾਲੇ ਬਾਗ ਦੇ ਸ਼ਹੀਦ ਕੌਣ ਹੈ ਤੇ ਫਿਰ ਕੀ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਫਾਂਸੀਆਂ ਸਾਡੇ ਹਿੱਸੇ ਆ ਗਈਆਂ ਤੇ ਸਵਾਦ ਲੈਣ ਨੂੰ ਗੁਜਰਾਤੀ ਜੰਮ ਪਏ ਫਿੱਟ ਲਾਂਤ ਹੈ ਜਿਹੜੇ ਬਾਣੀ ਅਡਾਣੀ ਬਣਾਇਆ ਨਾ ਕਹਿੰਦੇ ਅਬਾਣੀ ਨੇ 8500 ਕਰੋੜ ਦਾ ਜਿਹੜਾ ਉਹ ਜਹਾਜ਼ ਖਰੀਦਿਆ ਕਹਿੰਦੇ 1,80,000 ਘੰਟੇ ਦਾ ਖਰਚ ਆਉਂਦਾ ਜਿਹੜਾ ਪਹਿਲਾਂ ਟਰੰਪ ਕੋਲੇ ਹੁੰਦਾ ਸੀਗਾ ਜੇ ਉਹ ਘੰਟਾ ਉੱਡਦਾ ਇੰਨਾ ਖਰਚ ਆਉਂਦਾ ਤੇ ਉਹ ਪੈਸਾ ਕਿਹਦਾ ਜੇ ਮੋਦੀ ਨੇ ਖਰੀਦਿਆ ਸਾਡਾ ਪੈਸਾ ਅਬਾਨੀ ਦੇ ਘਰ ਵਾਲੀ 3.5 ਲੱਖ ਦੇ ਕੱਪ ਚਾਹ ਪੀਂਦੀ ਹੈ ਉਹ ਪੈਸਾ ਕਿਹਦਾ ਉਹ ਸਾਡਾ ਪੈਸਾ ਹੈ ਉਹ ਕਿੱਥੋਂ ਆਇਆ ਜੇ ਅੱਜ ਸਾਡੇ ਖੇਤਾਂ 'ਚ ਟਾਵਰ ਲੱਗੇ ਲੋਹਾ ਲੱਗਿਆ ਨਾ ਫੈਕਟਰੀਆਂ ਉੱਗੀਆਂ ਇਹ ਸਾਡਾ ਕਸੂਰ ਹੈ ਪਰ ਉਹਨੂੰ ਦੱਸ ਦਿਓ ਉਹ ਸਾਡੇ ਚਮਲਾਏ ਸਾਡੇ ਗਿੱਟਿਆਂ ਨੂੰ ਆਉਂਦੇ ਆ ਪਾਰਸ ਨੇ ਬੜੀ ਵਧੀਆ ਗੱਲ ਲਿਖੀ ਸੀ ਕਿ ਰੋ ਸਮੇਂ ਉੱਤੇ ਭਰੀ ਦਾ ਵੀ ਪਤਾ ਲੱਗ ਜੂ ਰੋਬ ਹੀ ਬਥੇਰਾ ਮੋਢੇ ਉੱਤੇ ਟੰਗੀ ਦਾ ਕੋਈ ਬੱਕਰੀ ਦੇ ਕੰਨਾਂ 'ਚ ਇਹ ਗੱਲ ਪਾ ਦਿਓ ਉਹ ਪਾ ਕੇ ਝਾਂਜਰਾਂ ਨੀ ਕਦੇ ਸ਼ੇਰ ਕੋਲੋਂ ਲੰਘੀ ਦਾ ਸੱਪ ਤੇ ਨਿਆਲੇ ਦੀ ਕੋਈ ਸਾਂਝ ਹੁੰਦੀ ਨਾ 16 ਨੇ ਸੱਚੀਆਂ ਸਿਆਣੇ ਕਹਿੰਦੇ ਨੇ ਉਹ ਜਿੰਨਾ ਦੇ ਲਈ ਗਲਾਂ ਵਿੱਚ ਪਟੇ ਪਾਰਸਾ ਉਹ ਸਾਲੇ ਅੱਜ ਕੱਲ੍ਹ ਲੱਤਾਂ ਨੂੰ ਉਹ ਬਾਲਾ ਪੈਂਦੇ ਨੇ ਅੱਜ ਕੱਲ੍ਹ ਲੱਤਾਂ ਨੂੰ ਉਹ ਬਾਲਾ ਪੈਂਦੇ ਨੇ ਉਹ ਬਾਲਾ ਗਿੱਟਿਆਂ ਨੂੰ ਆਉਂਦੇ ਆ ਇਹਦੇ ਨਾਲ ਹੀ ਆਪਾਂ ਫਤਿਹ ਬੁਲਾਉਣੀ 1-2 ਨਾਅਰੇ ਲਾਉਣੇ ਆ
ਤੇ ਨਾਰੇ ਦਾ ਜਵਾਬ ਤੁਸੀਂ ਉਦਾਂ ਹੀ ਦੇਣੇ ਮੈਂ ਤਾਂ ਕਹਿੰਦਾ ਖੁਸ਼ੀ ਹੋਈ ਆ ਤੁਹਾਨੂੰ ਨਾਰੇ ਤੇ ਲਾਉਣੇ ਆ ਗਏ ਆਪਣਾ ਪਿੰਡ ਵਾਲਿਆਂ ਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਸੀਗਾ ਪਹਿਲਾਂ ਤਾਂ ਇਹ ਕਿ ਅਸੀਂ ਅਕਾਲੀ ਦਲ ਜਿੰਦਾਬਾਦ ਕਾਂਗਰਸ ਜਿੰਦਾਬਾਦ ਯਾਰਾ ਕੱਟ ਕੇ ਨਾ ਪਾ ਦਿਓ ਵੀ ਅਮਰੀਕ ਉਹਨਾਂ ਦੀ ਸਿਫਤ ਕਰੀ ਜਾਂਦਾ ਮੇਰਾ ਭਰਾ ਇਹਦਾ ਇੰਡ ਵੀ ਸੁਣ ਲਿਓ ਨਾ ਬਾਈ ਚ ਸਾਰਾ ਜਿਹੜਾ ਗੁੱਬ ਘਵਾੜਾ ਬਾਈ ਚ ਕੱਢ ਲਿਓ ਬਾਈ ਚ ਕੱਢ ਲਿਓ ਪਰ ਤੁਹਾਡੇ ਚੋਂ ਨਾ ਮੇਰਾ ਭਰਾ ਕੋਈ ਵੋਟਾਂ ਵਾਟਾਂ ਵਾਲੇ ਪਾਸੇ ਕਹਿੰਦੇ ਨਾ ਜੇ ਕਿਸੇ ਨਾਲ ਵੈਰ ਕੱਢਣਾ ਮੈਂ ਉਹਨੂੰ ਚੱਕ ਚਕਾ ਕੇ ਐਮ ਐਲ ਏ ਦੀ ਵੋਟ ਚ ਖੜਾ ਦਿਓ ਉਹਨੂੰ ਉਹ ਪੂਜਿਆ ਜਾਊਗਾ ਉਹ ਨਾਰੇ ਲਾਉਣੇ ਆ ਮੇਰੇ ਵੀਰ ਮੇਰਾ ਭਰਾ ਮੈਨੂੰ ਲੱਗਦਾ ਬਾਹਲਾ ਅੱਕਿਆ ਮੇਰੇ ਤੇ ਮੈਂ ਸੌਰੀ ਫੀਲ ਕਰਦਾ ਨਹੀਂ ਮੈਂ ਮਾਫੀ ਮੰਗਦਾ ਸੌਰੀ ਫੀਲ ਮੈਂ ਨਹੀਂ ਕਹਿੰਦਾ ਵੀ ਹਾਂ ਹਾਂ ਚਾਹ ਵਿੱਚ ਵਾਲਾ ਮੋਦੀ ਹੈ ਕੋਈ ਸ਼ੱਕ ਨਹੀਂ ਉਹਨੂੰ ਦੇਸ਼ ਫੜਾ ਤਾ ਉਹ ਮਾਂਜੀ ਉਹਦਾ ਮਾਣਾ ਹੀ ਕਰਦਾ ਕਿਸਾਨ ਮਜ਼ਦੂਰ ਏਕਤਾ ਮੋਦੀ ਸਰਕਾਰ ਕਿਸਾਨ ਮਜ਼ਦੂਰ ਏਕਤਾ ਮੋਦੀ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ